ਇਸ ਵੇਲੇ ਦੀ ਮੰਦਭਾਗੀ ਖਬਰ ਬਨੂੜ ਦੇ ਪਿੰਡ ਗੁਡਾਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਮਾਂ ਅਤੇ ਪੁੱਤ ਦੇ ਇਕੱਠੇ ਸਿਵੇ ਬਲੇ ਨੇ। ਮ੍ਰਿਤਕ ਮਾਂ ਦੀ ਪਹਿਚਾਣ ਕੁਲਦੀਪ ਕੌਰ ਵਜੋਂ ਹੋਈ ਆ, ਉਸ ਦੀ ਉਮਰ 65 ਸਾਲ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਪੁੱਤਰ ਦੀ ਉਮਰ 42 ਸਾਲ ਦੱਸੀ ਜਾ ਰਹੀ ਅਤੇ ਉਸ ਦੀ ਪਹਿਚਾਣ ਮੇਜਰ ਸਿੰਘ ਵਜੋਂ ਹੋਈ ਆ। ਤਾਂ ਦੋਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸੇ ਜਾ ਰਹੇ ਸਨ ਕਿਸੇ ਗੱਲ ਨੂੰ ਲੈ ਕੇ। ਤਾਂ ਇਸੇ ਪਰੇਸ਼ਾਨੀ ਦੇ ਚੱਲਦੇ ਵਿਧਵਾ ਮਾਂ ਦੇ ਵੱਲੋਂ ਜ਼ਹਿਰੀਲੀ ਦਵਾਈ ਜਿਹੜੀ ਉਹ ਪੀ ਲਈ ਜਾਂਦੀ ਹੈ ਗਲਤੀ ਦੇ ਨਾਲ, ਅਤੇ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਚੱਲਦਾ, ਪਰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਜਾਂਦੀ ਆ। ਦੂਸਰੇ ਪਾਸੇ ਜੋ ਸਥਾਨਕ ਵਾਸੀ ਨੇ ਉਹਨਾਂ ਨੇ ਦੱਸਿਆ ਕਿ ਮੇਜਰ ਸਿੰਘ ਜੋ ਉਸ ਵਿਧਵਾ ਦਾ ਪੁੱਤਰ ਸੀ, ਉਸਦੀ ਡੈੱਡ ਬਾਡੀ ਸੜਕ ਕਿਨਾਰੇ ਮਿਲਦੀ ਆ ਅਤੇ ਬਾਅਦ ਦੇ ਵਿੱਚ ਉਸ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸਦੀ ਹਾਲਤ ਜਿਹੜੀ ਆ ਉਹ ਬਹੁਤ ਖਰਾਬ ਹੋ ਜਾਂਦੀ ਆ। ਬਾਅਦ ਦੇ ਵਿੱਚ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਜਿੱਥੇ ਉਸਦੀ ਵੀ ਮੌਤ ਹੋ ਜਾਂਦੀ ਆ। ਤਾਂ ਦੋਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸੇ ਜਾ ਰਹੇ ਸਨ। ਤਾਂ ਜਿਸ ਦੇ ਵਿੱਚ ਦੱਸ ਦਈਏ ਕਿ ਜੋ ਮ੍ਰਿਤਕ ਵਿਧਵਾ ਕੁਲਦੀਪ ਕੌਰ ਉਹ ਗਲਤੀ ਦੇ ਨਾਲ ਕੋਈ ਜ਼ਹਿਰੀਲੀ ਦਵਾਈ ਪੀ ਲੈਂਦੀ ਹੈ ਅਤੇ ਬਾਅਦ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਆ। ਹਾਲਾਂਕਿ ਉਸਦਾ ਇਲਾਜ ਵੀ ਚੱਲਦਾ, ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ, ਪਰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਉਹ ਹਾਰ ਜਾਂਦੀ ਆ। ਘਰ ਦੇ ਵਿੱਚ ਦੋਨੇ ਮਾਂ ਪੁੱਤ ਇਕੱਲੇ ਸਨ, ਘਰ ਦੇ ਵਿੱਚ ਹੁਣ ਪਿੱਛੇ ਕੋਈ ਨਹੀਂ ਰਿਹਾ। ਤਾਂ ਇੱਕ ਪਾਸੇ ਮਾਂ ਦੀ ਮੌਤ ਹੋ ਜਾਂਦੀ ਆ, ਦੂਸਰੇ ਪਾਸੇ ਜੋ ਲੜਕਾ ਸੀਗਾ ਮੇਜਰ ਸਿੰਘ ਜਿਸ ਦੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਇਸ ਦੀ ਵੀ ਮੌਤ ਜਿਹੜੀ ਆ ਉਹ ਹੋ ਗਈ ਆ। ਤਾਂ ਬਨੂੜ ਦੇ ਇਲਾਕੇ ਦੇ ਵਿੱਚ ਇਸ ਨੂੰ ਇਹ ਸੜਕ ਕਿਨਾਰੇ ਡਿੱਗਿਆ ਪਿਆ ਸੀਗਾ, ਬਾਅਦ ਦੇ ਵਿੱਚ ਇਸ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਜਾਂਦਾ ਜਿੱਥੇ ਇਸਦਾ ਇਲਾਜ ਚੱਲਦਾ, ਬਾਅਦ ਦੇ ਵਿੱਚ ਇਸ ਨੂੰ ਜੋ ਸੈਕਟਰ 32 ਦਾ ਹਸਪਤਾਲ ਆ ਉੱਥੇ ਭਰਤੀ ਕਰਵਾਇਆ ਜਾਂਦਾ ਜਿੱਥੇ ਇਸ ਦੀ ਮੌਤ ਹੋ ਜਾਂਦੀ ਆ। ਤਾਂ ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਨੇ ਜਿਹੜੇ ਮਾਂ ਅਤੇ ਪੁੱਤ ਮਾਨਸਿਕ ਤੌਰ 'ਤੇ ਪਰੇਸ਼ਾਨ ਸਨ। ਇੱਕ ਪਾਸੇ ਕੁਲਦੀਪ ਕੌਰ ਜਿਸ ਦੀ ਪਹਿਚਾਣ ਹੋਈ ਆ, ਜੋ ਇਸ ਮ੍ਰਿਤਕ ਮੇਜਰ ਸਿੰਘ ਦੀ ਮਾਂ ਸੀ, ਤਾਂ ਉਸਦੇ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ ਜਾਂਦੀ ਆ ਅਤੇ ਉਸ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਜਾਂਦਾ ਅਤੇ ਬਾਅਦ ਦੇ ਵਿੱਚ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਜਾਂਦੀ ਆ। ਦੂਸਰੇ ਪਾਸੇ ਜੋ ਮੇਜਰ ਸਿੰਘ ਸੀਗਾ ਇਹ ਬਨੂੜ ਏਰੀਏ ਦੇ ਵਿੱਚ ਇਹ ਕਿਸੇ ਸੜਕ ਕਿਨਾਰੇ 'ਤੇ ਡਿੱਗਿਆ ਪਿਆ ਸੀਗਾ ਅਤੇ ਬਾਅਦ ਦੇ ਵਿੱਚ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ। ਐਂਬੂਲੈਂਸ ਜਿਹੜੀ ਹੈਗੀ ਆ ਆਪਣੇ ਪੰਜਾਬ ਦੇ ਵਿੱਚ 108 ਜਿਵੇਂ ਐਂਬੂਲੈਂਸ ਚੱਲਦੀ ਆ ਉਹਨਾਂ ਨੂੰ ਮੇਜਰ ਸਿੰਘ ਮਿਲਦਾ, ਬਾਅਦ ਦੇ ਵਿੱਚ ਇਸ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਇਸ ਦੀ ਕੰਡੀਸ਼ਨ ਜਿਹੜੀ ਬਹੁਤ ਕ੍ਰਿਟੀਕਲ ਸੀਗੀ ਅਤੇ ਬਾਅਦ ਦੇ ਵਿੱਚ ਇਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜਾਂਦਾ ਜਿੱਥੇ ਮੇਜਰ ਸਿੰਘ ਦੀ ਵੀ ਮੌਤ ਹੋ ਜਾਂਦੀ ਆ ਅਤੇ ਕੱਲ੍ਹ ਜਿਹੜੇ ਮਾਂ ਅਤੇ ਪੁੱਤ ਦੋਨਾਂ ਦੇ ਇਕੱਠਿਆਂ ਦੇ ਸਿਵੇ ਬਲੇ ਨੇ। ਤਾਂ ਬਨੂੜ ਦੇ ਜੋ ਪਿੰਡ ਹੈਗਾ ਗੁਡਾਣਾ ਉੱਥੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਆ ਜਿੱਥੇ ਦੇਰ ਸ਼ਾਮ ਵਿਧਵਾ ਮਾਂ ਅਤੇ ਇਕਲੌਤੇ ਪੁੱਤ ਦੇ ਇਕੱਠਿਆਂ ਦੇ ਸਿਵੇ ਬਲੇ ਨੇ। ਤਾਂ ਹਰ ਇੱਕ ਦੀ ਅੱਖ ਨਮ ਹੈ ਕਿਉਂਕਿ ਦੋਨੇ ਕਿਸੇ ਗੱਲੋਂ ਮਾਨਸਿਕ ਪਰੇਸ਼ਾਨ ਦੱਸੇ ਜਾ ਰਹੇ ਸਨ। ਦੋਨਾਂ ਦੀ ਮੌਤ ਹੋ ਜਾਂਦੀ ਹੈ, ਇੱਕ ਪਾਸੇ ਮਾਂ ਜਿਹੜੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਹੈ ਕਿਉਂਕਿ ਉਹ ਗਲਤੀ ਦੇ ਨਾਲ ਕੋਈ ਜ਼ਹਿਰੀਲੀ ਦਵਾਈ ਪੀ ਲੈਂਦੀ ਆ। ਦੂਸਰੇ ਪਾਸੇ ਜੋ ਲੜਕਾ ਸੀਗਾ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀਗਾ, ਘਰ ਦੇ ਵਿੱਚ ਕੋਈ ਨਹੀਂ ਸੀਗਾ ਅਤੇ ਉਹ ਸੜਕ ਕਿਨਾਰੇ ਜਿਹੜਾ ਮਿਲਦਾ ਕਿਸੇ ਨੂੰ ਅਤੇ ਬਾਅਦ ਦੇ ਵਿੱਚ ਐਂਬੂਲੈਂਸ ਜਿਹੜੀ ਉਹ ਬੁਲਾਈ ਜਾਂਦੀ ਆ ਅਤੇ ਉਸਦੇ ਰਾਹੀਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਾਂ ਪਹਿਲਾਂ ਬਨੂੜ ਦੇ ਹਸਪਤਾਲ ਦੇ ਵਿੱਚ ਉਸਦਾ ਇਲਾਜ ਚੱਲਦਾ, ਪਰ
ਉਸਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਸੀਗੀ। ਤਾਂ ਉਸ ਕ੍ਰਿਟੀਕਲ ਕੰਡੀਸ਼ਨ ਨੂੰ ਦੇਖਦਿਆਂ ਹੋਇਆ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਜੋ ਸਰਕਾਰੀ ਹਸਪਤਾਲ ਆ ਉੱਥੇ ਭੇਜਿਆ ਜਾਂਦਾ ਜਿੱਥੇ ਉਸਦੀ ਮੌਤ ਹੋ ਜਾਂਦੀ ਆ। ਤਾਂ ਕੱਲ੍ਹ ਦੇਰ ਸ਼ਾਮ ਦੋਨਾਂ ਮਾਂ ਅਤੇ ਪੁੱਤ ਦੇ ਇਕੱਠਿਆਂ ਦੇ ਸਿਵੇ ਪਦੇ ਨੇ ਇਲਾਕੇ ਦੇ ਵਿੱਚ ਬੜੀ ਸੋਗ ਦੀ ਲਹਿਰ ਆ, ਕਿਉਂਕਿ ਆਮ ਤੌਰ 'ਤੇ ਕਈ ਵਾਰ ਮਾਂ ਜਿਹੜੀ ਉਹ ਵਿਛੜ ਜਾਂਦੀ ਹੈ ਕਿਸੇ, ਕਈ ਵਾਰ ਮਾਂ ਦਾ ਇਕਲੌਤਾ ਪੁੱਤ ਜਿਹੜਾ ਉਸਦੇ ਕੋਲੋਂ ਵਿਛੜ ਜਾਂਦਾ, ਪਰ ਇੱਥੇ ਜਿਹੜੀ ਖਬਰ ਮੰਦਭਾਗੀ ਬਹੁਤ ਹੈਗੀ ਆ, ਕਿਉਂਕਿ ਮਾਂ ਅਤੇ ਪੁੱਤ ਦੇ ਇਕੱਠਿਆਂ ਦੇ ਸਿਵੇ ਬਲੇ ਨੇ। ਤਾਂ ਉਸ ਪੁੱਤ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ। ਤਾਂ ਦੋਨੇ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸੇ ਜਾ ਰਹੇ ਸਨ।